वीर जी उन्होंने तकनीक की है भी सिर्फ उंगलियां दे नाल टुटिया हुई जिहड़ियां हड्डियां हुंदियां ने ओह तक जोड़ दिंदे ने, ऑपरेशन जिन्हां नूं दसे हुंदे ने उन्हां दा जिहड़ा आ ठीक करदे ने। ਜਿਹੜੇ ਮਿਲ ਚੁੱਕੇ ਨੇ ਉਹਨੂੰ ਪੁੱਛ ਲਓ ਡਾਕਟਰ ਸਾਹਿਬ ਫੀਸ ਕੀ ਲੈਂਦੇ ਨੇ, ਮੈਂ ਫੀਸ ਕਿਸ ਤੋਂ ਮੰਗਦਾ ਨਹੀਂ ਹਾਂ, ਜਿਹੜਾ ਕੋਈ ਦੇ ਗਿਆ ਠੀਕ ਹੈ, ਨਹੀਂ ਦੇ ਗਿਆ ਤਾਂ ਵੀ ਠੀਕ ਹੈ, ਕੋਈ ਚੱਕਰ ਨਹੀਂ। ਪਰ ਗੱਲ ਇਹ ਆ ਵੀ ਮੈਂ ਕਿਸੇ ਨੂੰ ਉੱਦਾਂ ਨਹੀਂ ਕਹਿੰਦਾ ਕੁਛ, ਪਰ ਇਹ ਆ ਵੀ ਜਿਹਨੇ ਮੇਰੇ ਕੋਲ ਆਉਣਾ ਹੈਗਾ, ਕੋਈ ਪੁਰਾਣਾ ਕਿਸੇ ਨੂੰ ਨੁਕਸ ਹੈਗਾ ਤਾਂ ਟਾਈਮ ਲੱਗਦਾ ਉਹਨੂੰ। ਮੈਂ ਸਿਰਫ ਫੀਸ ਨਹੀਂ ਮੰਗਦਾ, ਅਗਲੇ ਦਾ ਟਾਈਮ ਮੰਗਦਾ ਵੀ ਟਾਈਮ ਦੇ ਕੇ ਜਾਓ ਮੈਨੂੰ, ਕਿ ਕੁਛ ਟਾਈਮ ਬਾਅਦ ਆਉਣਾ ਪੈਂਦਾ, ਹਫ਼ਤੇ ਬਾਅਦ ਵੀ ਆਉਣਾ ਪੈਂਦਾ, ਹੌਲੀ ਹੌਲੀ ਕਰਕੇ ਇਨਸ਼ਾਅੱਲਾ ਠੀਕ ਹੋ ਜਾਂਦਾ। ਸਾਡੇ ਨਾਲ ਬੀਬੀ ਜੀ ਮੌਜੂਦ ਨੇ, ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਪ੍ਰੋਬਲਮ ਸੀ ਬੀਬੀ ਜੀ? ਮੇਰੇ ਹੱਡੀਆਂ ਆਪੇ ਆਪ ਟੁੱਟਣ ਲੱਗ ਗਈਆਂ ਸੀ ਜੀ। ਹੱਡੀਆਂ ਆਪਣੇ ਆਪ ਟੁੱਟਣ ਲੱਗ ਗਈਆਂ ਸੀ? ਟੁੱਟਣ ਲੱਗ ਗਿਆ, ਆਪ ਲੱਤ ਆਪੇ ਟੁੱਟ ਗਈ ਜੀ ਤੁਰੇ ਫਿਰਦਿਆਂ ਦੀ। ਅੱਛਾ। ਤੇ ਹੁਣ ਮੈਂ ਇੱਥੇ ਦੱਸਿਆ ਸੀ, ਉੱਥੇ ਮੇਰੀ ਪੋਤੀ ਠੀਕ ਹੋਈ ਸੀ ਇੱਥੋਂ, ਉਹਦੇ ਗੋਡਿਆਂ ਦੀ ਪ੍ਰੋਬਲਮ ਸੀਗੀ, ਉਹ ਠੀਕ ਹੋ ਗਈ ਇੱਥੋਂ। ਕਿਵੇਂ ਮਤਲਬ ਪਤਾ ਲੱਗਿਆ ਵੀ ਇਹਨਾਂ ਦੀਆਂ ਬਾਹਾਂ ਵੀ ਸੋਹਣੀਆਂ? ਕਿਵੇਂ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਸੱਟ ਆ ਜਿਹੜੀ ਉੱਥੇ ਲੱਗੀ ਹੋਈ ਹੈ ਵਿਦਆਊਟ ਸੀਟੀ ਸਕੈਨ MRI? ਮੈਨੂੰ ਢੂਹੀ ਦੀ ਪ੍ਰੋਬਲਮ ਸੀ ਪਿਛਲੇ ਸਾਲ ਤੋਂ ਜੀ, ਮੇਰੀ ਢੂਹੀ ਦਰਦ ਕਰ ਰਹੀ ਸੀਗੀ ਅਤੇ ਜੀ ਢੂਹੀ ਇੰਨੀ ਜ਼ਿਆਦਾ ਦਰਦ ਕਰ ਰਹੀ ਸੀਗੀ ਵੀ ਬੈੱਡ 'ਤੇ ਪੈ ਗਏ ਸੀਗੇ ਮੰਜੇ 'ਤੇ ਬਿਲਕੁਲ ਜੀ, ਲੱਤ ਵੀ ਨਹੀਂ ਸੀ ਥੱਲੇ ਹੁੰਦੀ ਸੀਗੀ, ਹਿੱਲਿਆ ਵੀ ਨਹੀਂ ਸੀ ਜਾਂਦਾ ਮੰਜੇ ਤੋਂ, ਦਰਦ ਪੈਣ ਬਹੁਤ ਜ਼ਿਆਦਾ ਪੈਂਦਾ ਸੀ, ਦਰਦ ਪੈਣੋਂ ਨਹੀਂ ਸੀ ਹੜਦਾ ਜੀ। ਅਤੇ ਪਹਿਲੀ ਵਾਰ ਡਾਕਟਰ ਨੇ ਜੀ ਮੈਨੂੰ ਗੱਡੀ 'ਚ ਦੇਖਿਆ ਸੀਗਾ ਜੀ, ਲੈਟਰੀਨ ਬਾਥਰੂਮ ਵੀ ਮੈਂ ਮੰਜੇ 'ਤੇ ਕਰਦੀ ਸੀਗੀ ਜੀ, ਮੇਰੀ ਇੰਨੀ ਹਾਲਤ ਖਰਾਬ ਹੋ ਗਈ ਸੀ, ਟੋਟਲੀ ਬੈੱਡ 'ਤੇ ਪੈ ਗਏ ਸੀਗੇ ਜੀ, ਟੋਟਲੀ ਬੈੱਡ 'ਤੇ ਪੈ ਗਏ। ਫਿਰ ਇਹਨਾਂ ਦਾ ਕੰਟੈਕਟ ਕਿਹਨੇ ਦਿੱਤਾ ਸੀ ਅੱਗੇ, ਕਿਹਨੇ ਕਿਹਾ ਸੀ ਵੀ ਇੱਥੇ ਜਾਓ? ਹਾਂਜੀ, ਅਸੀਂ MRI ਕਰਾਈ ਸੀ, ਉਹ 'ਚ ਸਾਨੂੰ ਡਾਕਟਰਾਂ ਤੋਂ ਅਸੀਂ ਕਿੰਨਿਆਂ ਤੋਂ ਸਲਾਹ ਲਈ ਸੀ, ਉਹਨਾਂ ਨੇ ਆਪਰੇਸ਼ਨ ਹੀ ਦੱਸਿਆ ਸੀ, ਕਹਿਣਗੇ ਰਾਡਾਂ ਪੈਣਗੀਆਂ ਜੀ ਤੁਹਾਡੇ ਦੋ। ਫਿਰ ਜੀ ਮੇਰੇ ਵੀਰ ਜੀ ਨੇ ਲੁਧਿਆਣੇ ਕਾਫੀ ਡਾਕਟਰਾਂ ਨੂੰ ਮਿਲੇ ਜੀ, ਫਿਰ ਉੱਥੇ ਮੇਰੇ ਮਾਮਾ ਜੀ ਰਹਿੰਦੇ ਸੀ ਜੀ, ਉਹਨਾਂ ਨੇ ਸਾਨੂੰ ਦੱਸਿਆ ਸੀ ਐਡ ਤੋਂ। ਫਿਰ ਜੀ ਵਾਰ ਆਏ ਹੋ ਇੱਥੇ, ਸੱਚ ਦੱਸਿਓ ਉਹਨਾਂ ਦੀ ਗੱਲ ਛੱਡ ਦਿਓ, ਫਰਕ ਹੈ? ਹਾਂਜੀ ਫਰਕ ਆ ਜੀ, ਮੈਂ ਮੰਜੇ ਤੋਂ ਉੱਠ ਕੇ ਤੁਰਨ ਲੱਗ ਗਈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹਿਮਨਪ੍ਰੀਤ ਕੌਰ ਖੰਨਾ ਅਤੇ ਤੁਸੀਂ ਜੁੜੇ ਹੋ ਬੋਲੀ ਹੌਲੀ ਬਾਬਾ ਨਾਲ। ਅੱਜ ਦੇ ਟਾਈਮ ਦੀ ਜੇ ਗੱਲ ਕਰੀਏ, ਸਾਇੰਸ ਆ ਜਿਹੜੀ ਬਹੁਤ ਸਿਖਰਾਂ 'ਤੇ ਪਹੁੰਚ ਗਈ ਹੈ, ਸਾਇੰਟੀਫਿਕ ਇੰਨੀਆਂ ਰਿਸਰਚਸ ਹੋਣ ਲੱਗ ਗਈਆਂ ਹੈਲਥ ਡਿਪਾਰਟਮੈਂਟ 'ਤੇ, ਹੋਰ ਵੀ ਜਿਹੜੇ ਕਈ ਲੋਕ ਨੇ ਬਹੁਤ ਦੂਰ ਦੂਰ ਵਿਜ਼ਿਟ ਕਰਦੇ ਨੇ, ਈਵਨ ਕਿ ਆਊਟ ਆਫ ਕੰਟਰੀ ਜਾਂਦੇ ਨੇ ਸਿਰਫ ਕਿ ਆਪਣਾ ਟ੍ਰੀਟਮੈਂਟ ਕਰਵਾਉਣ ਲਈ। ਕੁਛ ਖੁਰਾਕਾਂ ਕਹਾਂਗੇ, ਖੁਰਾਕਾਂ ਸਹੀ ਨਹੀਂ ਰਹੀਆਂ, ਪੁਰਾਤਨ ਜ਼ਮਾਨੇ ਦੇ ਵਿੱਚ ਹੁੰਦਾ ਸੀ ਸਾਡੇ ਬਾਪੂ ਜੀ ਹੁਣੀ ਜਿਹੜੇ ਹੁੰਦੇ ਸੀਗੇ ਬਹੁਤ ਘਰ ਦੀ ਨੈਚੁਰਲ ਡਾਇਟ ਖਾਂਦੇ ਸੀ, ਅੱਜ ਉਹੀ ਡਾਇਟ ਆਰਟੀਫਿਸ਼ਲ ਡਾਇਟ 'ਚ ਕਨਵਰਟ ਹੋ ਗਈ ਹੈ, ਸ਼ਾਇਦ ਬਿਮਾਰੀਆਂ ਦਾ ਵਧਣਾ ਉਹੀ ਕਾਰਨ ਹੈ। ਅੱਜ ਅਸੀਂ ਪਹੁੰਚੇ ਹਾਂ ਪਿੰਡ ਲਿਬੜਾ, ਖੰਨੇ ਦੇ ਕੋਲ ਲੁਧਿਆਣਾ ਹਾਈਵੇ 'ਤੇ ਆ ਪਿੰਡ ਲਿਬੜਾ, ਜਿੱਥੇ ਕਿ ਮੈਂ ਤੁਸੀਂ ਪਹਿਲਾਂ ਸ਼ਾਰਟਸ ਚੱਲਦੇ ਦੇਖ ਰਹੇ ਹੋਣਾ ਵੀ ਬਹੁਤ ਮਰੀਜ਼ ਬੈਠੇ ਨੇ, ਅਤੇ ਵੀਰ ਜੀ ਉਹਨਾਂ ਦੀ ਤਕਨੀਕ ਕੀ ਹੈ ਵੀ ਸਿਰਫ ਉਂਗਲੀਆਂ ਦੇ ਨਾਲ ਟੁੱਟੀਆਂ ਹੋਈਆਂ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਉਹ ਤੱਕ ਜੋੜ ਦਿੰਦੇ ਨੇ, ਆਪਰੇਸ਼ਨਸ ਜਿਨ੍ਹਾਂ ਨੂੰ ਦੱਸੇ ਹੁੰਦੇ ਨੇ ਉਹਨਾਂ ਦਾ ਜਿਹੜਾ ਆ ਠੀਕ ਕਰਦੇ ਨੇ? ਸਾਡੇ ਨਾਲ ਵੀਰ ਜੀ ਮੌਜੂਦ ਨੇ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ। ਪਹਿਲਾਂ ਤਾਂ ਮੈਂ ਕਹੂੰਗੀ ਸਰ ਆਪਣਾ ਨਾਮ ਦੱਸੋ, ਜਿਹੜਾ ਮੈਂ ਦੇਖਿਆ ਬਾਹਰ ਬਹੁਤ ਲੋਕ ਨੇ ਜਿਹੜੇ ਦੂਰੋਂ ਦੂਰੋਂ ਚੱਲ ਕੇ ਆਏ ਹੋਏ ਨੇ। ਨਾਮ ਮੇਰਾ ਹੈਗਾ ਮੁਹੰਮਦ ਸ਼ਾਕਿਰ, ਪਿੰਡ ਹੈਗਾ ਲਿਬੜਾ, ਔਰ ਡਾਕਟਰ ਸੋਮੇ ਦੇ ਨਾਂ ਨਾਲ ਵੀ ਮੈਨੂੰ ਜਾਣਦੇ ਹੈਗੇ। ਅਤੇ ਬਹੁਤ ਦੂਰੋਂ ਦੂਰੋਂ ਮਰੀਜ਼ ਨੇ ਜਿਹੜੇ ਸਰਸਾ ਤੱਕ ਤੋਂ ਚੱਲ ਕੇ ਆਏ ਹੋਏ ਨੇ, ਮੈਂ ਕਹੂੰਗੀ ਵੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ? ਮੈਨੂੰ ਤਕਰੀਬਨ 17-18 ਸਾਲ ਤੋਂ ਰੈਗੂਲਰ ਹੋ ਗਿਆ, ਪਹਿਲਾਂ ਮੈਂ ਕਾਲਜ ਟਾਈਮ ਪੜ੍ਹਦਾ ਵੀ ਕੰਮ ਕਰਦਾ ਸੀ। ਪੜ੍ਹਦੇ ਕਾਲਜ ਤੋਂ ਆ ਕੇ ਵੀ ਕੰਮ ਕਰਨਾ, ਹੌਲੀ ਹੌਲੀ ਫਿਰ ਚਲੋ ਅੱਲਾ ਨੇ ਸਿਸਟਮ। ਅੱਛਾ ਸਰ, ਜ਼ਾਹਿਰ ਜੀ ਗੱਲ ਹੈ ਵੀ ਮਰੀਜ਼ ਬਿਮਾਰ ਹੁੰਦਾ ਡਾਕਟਰ ਨੂੰ ਸੀ ਕਰਦਾ ਹੈ ਨਾ, ਅਤੇ ਉੱਧਰ ਜਾਂਦੇ ਨੇ ਡਾਕਟਰਸ ਕੋਲ ਜਾਂਦੇ ਨੇ, ਡਾਕਟਰਸ ਦੀਆਂ ਅਪੋਇੰਟਮੈਂਟ ਫੀਸ ਕੰਸਲਟੇਸ਼ਨ ਫੀਸ ਵੀ ਬਹੁਤ ਹੁੰਦੀਆਂ ਨੇ। ਮੈਂ ਬਾਹਰ ਪੁੱਛਿਆ, ਉਹ ਕਹਿੰਦੇ ਵੀ ਰੱਬ ਦਾ ਨਾਮ ਲਓ, ਕਦੇ ਇਹਨਾਂ ਨੇ ਇਹ ਨਹੀਂ ਕਿਹਾ ਵੀ ਇੰਨੀ ਫੀਸ ਹੈ, ਆਪਣੀ ਮਨ ਮਰਜ਼ੀ ਹੈ ਵੀ ਦੇਣੀ ਆ ਦੇ ਦਿਓ, ਜੇ ਨਹੀਂ ਵੀ ਦਿੰਦੇ ਤਾਂ ਵੀ ਅੱਗਿਓਂ ਕੁਛ ਨਹੀਂ ਕਹਿੰਦੇ। ਨਹੀਂ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ, ਮੇਰੀ ਕਹੀ ਗੱਲ ਕੁਛ ਹੋਰ ਹੈਗਾ। ਜਿਹੜੇ ਮਰੀਜ਼ ਆ ਕੇ ਜਾ ਚੁੱਕੇ ਨੇ ਜਾਂ ਬੈਠੇ ਨੇ, ਪੁਰਾਣੇ ਚੱਲ ਰਹੇ ਨੇ, ਉਹਨੂੰ ਪੁੱਛ ਕੇ ਦੇਖੋ ਵੀ ਫੀਸ ਕੀ ਮੰਗ ਰਿਹਾ, ਕਿਉਂਕਿ ਨਵੇਂ ਨੂੰ ਤਾਂ ਅਜੇ ਮੈਨੂੰ ਮਿਲਣਾ, ਨਵੇਂ ਨੇ ਤਾਂ ਜਿਹੜੇ ਮਿਲ ਚੁੱਕੇ ਨੇ ਉਹਨੂੰ ਪੁੱਛ ਲਓ ਡਾਕਟਰ ਸਾਹਿਬ ਫੀਸ ਕੀ ਲੈਂਦੇ ਨੇ, ਮੈਂ ਫੀਸ ਕਿਸ ਤੋਂ ਮੰਗਦਾ ਨਹੀਂ ਹਾਂ, ਜਿਹੜਾ ਕੋਈ ਦੇ ਗਿਆ ਠੀਕ ਹੈ, ਨਹੀਂ ਦੇ ਗਿਆ ਤਾਂ ਵੀ ਠੀਕ ਹੈ, ਕੋਈ ਚੱਕਰ ਨਹੀਂ। ਬਹੁਤ ਕੰਮ ਇੱਦਾਂ ਦੇ ਹੁੰਦੇ ਨੇ ਕਿ ਜਿਹੜੀਆਂ ਵਿਚਾਰੀ ਲੇਡੀਜ਼ ਭੁੱਲ ਗਈਆਂ ਨਾ ਕਈ ਵਾਰ, ਅਤੇ ਉਹਨਾਂ ਨੇ ਅਗਲੀ ਵਾਰ ਕਹਿਣਾ ਵੀ ਅਸੀਂ ਪਿਛਲੀ ਵਾਰ ਪੈਸੇ ਨਹੀਂ ਦੇ ਕੇ ਗਏ, ਤਾਂ ਉਹ ਆਪਣੇ ਆਪ ਹੀ ਫੜਾ ਆਉਂਦੇ ਨੇ, ਪਰ ਹਾਲਾਂਕਿ ਮੰਗਦਾ ਮੈਨੂੰ ਖੁਦ ਨੂੰ ਨਹੀਂ ਪਤਾ।
ਮੈਂ ਉਹ ਮੈਨੂੰ ਦੇ ਕੇ ਆਉਂਦੇ ਕਿਉਂਕਿ ਪਤਾ ਨਹੀਂ ਜੇ ਤਾਂ ਇਸ ਚੀਜ਼ ਵੱਲ ਧਿਆਨ ਜਾਂਦਾ ਹੋਵੇ ਫਿਰ ਤਾਂ ਬੰਦਾ ਇਕੱਲੀ ਇਕੱਲੀ ਚੀਜ਼ ਨੋਟ ਰੱਖਦਾ ਤਾਂ ਮੈਂ ਕਦੇ ਇਹ ਚੀਜ਼ ਨੂੰ ਗੌਰ ਨਹੀਂ ਕਰਿਆ ਬਾਕੀ ਜੋ ਕਿਸਮਤ 'ਚ ਲਿਖਿਆ ਹੋਇਆ ਮਿਲ ਜਾਣਾ ਸਰ ਤੁਸੀਂ ਇਹ ਇੱਕ ਤੁਹਾਡਾ ਕਿੱਤਾ ਬਣ ਚੁੱਕਿਆ ਨਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠਦੇ ਹੋ ਅਤੇ ਫਿਰ ਕਿੱਦਾਂ ਚੱਲਦਾ ਸਾਰਾ ਸਰਕਲ ਸਾਰਾ ਸਰਕਲ ਇਨਸਾਨਾਂ ਨਾਲ ਨਹੀਂ ਚੱਲਦਾ ਇਹ ਉਪਰਾਲਾ ਚਲਾਉਂਦਾ ਇਕੱਲਾ ਚਲਾਉਂਦਾ ਨੇ ਹੁਣ ਆਪਾਂ ਜਹਰੀ ਜੀ ਮੋਟੇ ਹਿਸਾਬ ਨਾਲ ਹਰ ਰੋਜ਼ ਸੁਣਦੇ ਵੀ ਆ ਗੱਲਾਂ ਕਿ ਪੱਥਰ ਦੇ ਵਿੱਚ ਕੀੜੇ ਨੂੰ ਵੀ ਰਿਜ਼ਕ ਮਿਲ ਜਾਂਦਾ ਖਾਣ ਨੂੰ ਠੀਕ ਹੈ ਅਸੀਂ ਤਾਂ ਇਨਸਾਨ ਹਾਂ ਇਨਸਾਨਾਂ ਦੇ ਪੇਟ ਉਹਨੇ ਪਹਿਲਾਂ ਜ਼ਰੂਰਤ ਦੀ ਚੀਜ਼ ਲਾਈ ਹੈ ਠੀਕ ਹੈ ਤਾਂ ਕੀ ਗੱਲ ਸਾਨੂੰ ਨਹੀਂ ਦਿਓ ਅਗਰ ਅਸੀਂ ਇੱਕ ਲੋਕਾਂ ਤੋਂ ਮੰਗਣਾ ਸ਼ੁਰੂ ਕਰਤਾ ਤਾਂ ਫਿਰ ਉਹ ਕਾਹਦੇ ਲਈ ਆ ਹੱਥ ਉਹਨੇ ਦੱਸੇ ਨੇ ਵੀ ਮੇਰੇ ਅੱਗੇ ਅੱਡੋ ਹੱਥ ਮੈਂ ਦੂੰ ਠੀਕ ਹੈ ਸਰ ਤੁਸੀਂ ਕੋਈ ਸਟੱਡੀ ਕੀਤੀ ਹੈ ਇਹਦੇ ਬਾਰੇ ਜਿੱਦਾਂ ਤੁਸੀਂ ਕਰਦੇ ਹੋ ਬਹੁਤ ਮਰੀਜ਼ ਕਹਿੰਦੇ ਨੇ ਵੀ ਸਾਨੂੰ ਤਾਂ ਵੀ ਪਹਿਲੀ ਸਿਟਿੰਗ ਦੇ ਵਿੱਚ ਆਰਾਮ ਪੈ ਜਾਂਦਾ ਕੁਛ ਥੈਰੇਪੀ ਦਾ ਨਾਮ ਵੀ ਹੈ ਇਸ ਥੈਰੇਪੀ ਦਾ ਥੈਰੇਪੀ ਦਾ ਗੱਲ ਇਹ ਜੀ ਅੱਡੋ ਅੱਡੀ ਥੈਰੇਪੀ ਚੱਲੀ ਜਾ ਰਹੀ ਹੈ ਪਰ ਮੈਂ ਇਹਨੂੰ ਨੈਚੁਰਲੀ ਥੈਰੇਪੀ ਕਹਿ ਸਕਦਾ ਠੀਕ ਹੈ ਨਾ ਕਿਉਂਕਿ ਅੱਲਾ ਨੇ ਗੁਣ ਦਿੱਤਾ ਹੈ ਕੋਈ ਠੀਕ ਹੈ ਨਾ ਇਹਦੀ ਅਗਰ ਤੁਸੀਂ ਦੇਖੇ ਤਾਂ ਵੈਲਿਊ ਤਾਂ ਬਹੁਤ ਹੈਗੀ ਆ ਪਰ ਗੱਲ ਇਹ ਆ ਵੀ ਮੈਂ ਕਿਸੇ ਨੂੰ ਉੱਦਾਂ ਨਹੀਂ ਕਹਿੰਦਾ ਕੁਛ ਪਰ ਇਹ ਆ ਵੀ ਜਿਹਨੇ ਮੇਰੇ ਕੋਲ ਆਉਣਾ ਹੈਗਾ ਕੋਈ ਪੁਰਾਣਾ ਕਿਸੇ ਨੂੰ ਨੁਕਸ ਹੈਗਾ ਤਾਂ ਟਾਈਮ ਲੱਗਦਾ ਉਹਨੂੰ ਮੈਂ ਸਿਰਫ ਫੀਸ ਨਹੀਂ ਮੰਗਦਾ ਅਗਲੇ ਤੋਂ ਟਾਈਮ ਮੰਗਦਾ ਵੀ ਟਾਈਮ ਦੇ ਕੇ ਜਾਓ ਮੈਨੂੰ ਕਿ ਕੁਛ ਟਾਈਮ ਬਾਅਦ ਆਉਣਾ ਪੈਂਦਾ ਹਫ਼ਤੇ ਬਾਅਦ ਵੀ ਆਉਣਾ ਪੈਂਦਾ ਹੌਲੀ ਹੌਲੀ ਕਰਕੇ ਇਨਸ਼ਾਅੱਲਾ ਠੀਕ ਹੋ ਜਾਂਦਾ ਬਟ ਸਰ ਆਪਾਂ ਦੇਖਦੇ ਹਾਂ ਮਰੀਜ਼ਾਂ ਨੂੰ ਕੋਈ ਇਹ ਹੁੰਦਾ ਵੀ ਛੇਤੀ ਫਰਕ ਪੈ ਜਾਵੇ ਟਾਈਮ ਦਾ ਉਹ ਨਹੀਂ ਵੀ ਵੱਡੀਆਂ ਵੱਡੇ ਓਪਰੇਸ਼ਨ ਸਰਜਰੀਜ਼ ਕਰਵਾ ਲੈਂਦੇ ਨੇ ਜਿਨ੍ਹਾਂ ਦਾ ਨੁਕਸਾਨ ਅੱਗੇ ਜਾ ਕੇ ਜਿੱਦਾਂ ਸਰਦੀਆਂ ਆਉਂਦੀਆਂ ਨੇ ਤਾਂ ਉਹ ਜਿਹੜਾ ਚੀਜ਼ ਆ ਉਹ ਪੇਨ ਕਰਨ ਲੱਗ ਜਾਂਦੀ ਹੈ ਦੁਬਾਰਾ ਤੁਸੀਂ ਇੱਦਾਂ ਦਾ ਕੀ ਮਤਲਬ ਕਰਦੇ ਹੋ ਤੁਹਾਡੇ ਹੱਥਾਂ 'ਚ ਕੀ ਕਹਾਂ ਮੈਂ ਜਾਦੂ ਹੈ ਨਹੀਂ ਜਾਦੂ ਨਹੀਂ ਕਹਿ ਸਕਦੇ ਇਹ ਅੱਲਾ ਸ਼ਫਾ ਦਿੰਦੇ ਆ ਮੰਨ ਲਓ ਡਾਕਟਰ ਅਪਰੇਟ ਕਰਦੇ ਨੇ ਅਪਰੇਟ ਕਰਕੇ ਰਾੜਾਂ ਪੈ ਗਈਆਂ ਉਹ ਕਈਆਂ ਦੀਆਂ ਹੱਡੀਆਂ ਜੁੜਦੀਆਂ ਨੇ ਉੱਥੇ ਡਾਕਟਰ ਕੀ ਕਰਨਗੇ ਕਿ ਉਹ ਡਾਕਟਰ ਦੇ ਹੱਥ ਨਹੀਂ ਹੈ ਡਾਕਟਰ ਦਾ ਕੰਮ ਆ ਉਹਦਾ ਟ੍ਰੀਟਮੈਂਟ ਕਰਨਾ ਬਾਕੀ ਸ਼ਫਾ ਦੇਣੀ ਅੱਲਾ ਦੇ ਹੱਥ 'ਚ ਆ ਉਹ ਮਾਲਕ ਦਿੰਦਾ ਸ਼ਿਫਾ ਅਗਰ ਗੋਲੀ ਵੀ ਤੁਸੀਂ ਖਾਂਦੇ ਹੋ ਤਾਂ ਉਹ ਵੀ ਇਜਾਜ਼ਤ ਲੈਂਦੀ ਆ ਉਹਦੀ ਅਗਰ ਉਹ ਹੁਕਮ ਦਿੰਦਾ ਤਾਂ ਸ਼ਿਫਾ ਹੁੰਦੀ ਆ ਨਹੀਂ ਤਾਂ ਬੇਫਾਲਤੂ ਬਾਹਰ ਤੁਸੀਂ ਮੈਂ ਪਹਿਲਾਂ ਪੁੱਛਿਆ ਸੀ ਤੁਸੀਂ ਸਟੱਡੀ ਕੀਤੀ ਹੈ ਸਰ ਕੋਈ ਦੇਖੋ ਹੁਣ ਸਟੱਡੀ ਤਾਂ ਮੈਂ ਪਹਿਲਾਂ ਤਾਂ ਨੋਰਮਲ ਪੜ੍ਹਿਆ ਹੈਗਾ ਗ੍ਰੈਜੂਏਸ਼ਨ ਕਰਕੇ ਫਿਰ ਉਸ ਤੋਂ ਬਾਅਦ ਜਿਉਂ ਜਿਉਂ ਇਹਦੇ 'ਚ ਵੱਧਦਾ ਗਿਆ ਕੰਮ ਤਾਂ ਫਿਰ ਮੈਂ ਕਪਿੰਗ ਥੈਰੇਪੀ ਬਾਰੇ ਕਿਉਂਕਿ ਗਲਾਸਾਂ ਦਾ ਜਿਹੜਾ ਟ੍ਰੀਟਮੈਂਟ ਚੱਲਦਾ ਉਹਦੇ ਬਾਰੇ ਸਟੱਡੀ ਕੀਤੀ ਫਿਰ ਉਹਦੇ ਬਾਰੇ ਉਹਦਾ ਕੋਰਸ ਕੀਤਾ ਉਸ ਤੋਂ ਬਾਅਦ ਫਿਰ ਦੇਖਿਆ ਕਿ ਡਾਈਟੇਸ਼ਨ ਦਾ ਕੋਰਸ ਕਰਿਆ ਫਿਰ ਮੈਂ ਹੁਣ ਜਿਹੜੀ ਡਾਇਟ ਨੈਚੁਰਲੀ ਮੈਂ ਦੱਸ ਰਿਹਾ ਹੈਗਾ ਵੀ ਆਹ ਚੀਜ਼ਾਂ ਖਾਓ ਉਹਦੇ ਬਾਰੇ ਫਿਰ ਪੜ੍ਹਿਆ ਹੈਗਾ ਸਾਰਾ ਸਿਸਟਮ ਪੜ੍ਹਨ ਤੋਂ ਬਾਅਦ 'ਚ ਫਿਰ ਐਕੂਪ੍ਰੈਸ਼ਰ ਦਾ ਉਹ ਚੱਲ ਰਿਹਾ ਮੇਰਾ ਡਾਈਟੇਸ਼ਨ ਦਾ ਮੇਰਾ ਕੋਰਸ ਹੋ ਚੁੱਕਿਆ ਹੈ ਠੀਕ ਹੈ ਨਾ ਅਤੇ ਜਿਹੜਾ ਹੈਗਾ ਉਹਦਾ ਐਕੂਪ੍ਰੈਸ਼ਰ ਦਾ ਉਹ ਮੈਂ ਦੇਖ ਰਿਹਾ ਅਜੇ ਠੀਕ ਹੈ ਨਾ ਸਰ ਆਪਾਂ ਦੇਖਦੇ ਹਾਂ ਵੀ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਨੇ ਚੱਲ ਕੇ ਆ ਰਹੇ ਨੇ ਇੱਕ ਸੋਸ਼ਲ ਮੀਡੀਆ ਦੀ ਪਾਵਰ ਨੇ ਅੱਜ ਲੋਕ ਨੇ ਜਿਹੜੇ ਆ ਰਹੇ ਨੇ ਕਿਸੇ ਨੂੰ ਵੀ ਪੁੱਛਦੇ ਹਾਂ ਤਾਂ ਕਹਿੰਦਾ ਵੀ ਵੀਡੀਓ ਅਸੀਂ ਇੰਟਰਨੈਟ ਤੋਂ ਦੇਖੀ ਹੈ ਕੋਈ ਟਾਈਮਿੰਗ ਰਹਿੰਦਾ ਤੁਹਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕਿਸ ਦਿਨ ਛੁੱਟੀ ਹੁੰਦੀ ਆ ਠੀਕ ਹੈ ਛੁੱਟੀ ਹੁੰਦੀ ਆ ਮੰਡੇ ਦੇ ਦਿਨ ਬਾਕੀ ਰਹੀ ਵੀਡੀਓ ਦੀ ਗੱਲ ਵੀਡੀਓ ਮੈਂ ਐਡਵਰਟਾਈਜ਼ਮੈਂਟ ਪਹਿਲਾਂ ਵੀ ਨਹੀਂ ਲਾਈ ਹੋਈ ਕਦੇ ਮੈਂ ਬਾਹਰ ਦੇਖਿਆ ਇਹ ਮੈਂ ਜ਼ਰੂਰ ਕਹੂੰਗੀ ਮੈਂ ਬਾਹਰ ਦਿਖਾਉਂਗੀ ਵੀ ਤੁਸੀਂ ਇੱਕ ਵੀ ਬੋਰਡ ਨਹੀਂ ਲਾਇਆ ਹੋਇਆ ਈਵਨ ਕਿ ਕੁਛ ਡਾਕਟਰ ਦਾ ਉਹ ਵੀ ਨਹੀਂ ਲਾਇਆ ਹੋਇਆ ਬਾਹਰ ਜਸਟ ਮਰੀਜ਼ ਖੜ੍ਹੇ ਅਸੀਂ ਦੇਖੇ ਨੇ ਵੀ ਇਹ ਲੱਗਦਾ ਅਸੀਂ ਅੰਦਰ ਆਏ ਅਤੇ ਅਸੀਂ ਤੁਹਾਨੂੰ ਮਿਲੇ ਦੇਖੋ ਮੈਂ ਜਿਹੜਾ ਪੇਸ਼ੈਂਟ ਦਾ ਕਿਸੇ ਦਾ ਫੋਨ ਵੀ ਆਉਂਦਾ ਉਹਨੂੰ ਮੈਂ ਇਹੀ ਗੱਲ ਕਹਿੰਦਾ ਵੀ ਇਕੱਲਾ ਅਗਰ ਭਰੋਸਾ ਹੈਗਾ ਤੁਸੀਂ ਟਾਈਮ ਦੇ ਕੇ ਆਓਗੇ ਫਿਰ ਤਾਂ ਇਨਸ਼ਾਅੱਲਾ ਆ ਜਾਓ ਵਰਨਾ ਨਹੀਂ ਹੁਣ ਅਗਰ ਮੈਂ ਫੀਸਾਂ ਦੇ ਹੀ ਚੱਕਰ 'ਚ ਪਵਾਂ ਜਾਂ ਮੈਂ ਐਡਵਰਟਾਈਜ਼ਮੈਂਟ ਦੇ ਉਹਦੇ 'ਚ ਹੁਣ ਫੋਰਨ ਤੋਂ ਬਹੁਤ ਕਾਲਜ਼ ਆਉਂਦੀਆਂ ਨੇ ਉਹ ਬੰਦੇ ਪੁੱਛਦੇ ਨੇ ਵੀ ਇਹਦਾ ਹੱਲ ਉਹਨੂੰ ਹੱਲ ਫੋਨ 'ਤੇ ਦੱਸ ਦਈਦਾ ਔਰ ਫਿਰ ਉਹ ਪੁੱਛਦੇ ਨੇ ਵੀ ਹੁਣ ਤੁਹਾਨੂੰ ਫੀਸ ਕਿੰਨੀ ਭੇਜੀ ਹੈ ਪਰ ਗੱਲ ਹੈ ਕਿਸੇ ਨੂੰ ਸਹੀ ਰਾਹ ਦੱਸਣਾ ਕਿਸੇ ਨੂੰ ਸਹੀ ਰਾਹ ਦੇਣੀ ਇਹ ਵੀ ਸਵਾਬ ਦਾ ਕੰਮ ਆ ਠੀਕ ਹੈ ਨਾ ਅਗਰ ਤੁਸੀਂ ਉਹ ਅਗਲੇ ਨੂੰ ਵੈਸੇ ਹੀ ਲਪੇਟਦੇ ਫਿਰੀ ਜਾਈਏ ਹੁਣ ਕੱਲ੍ਹ ਵੀ ਫੋਨ ਆਇਆ ਰਾਜਸਥਾਨ 'ਚੋਂ ਉਹ ਸੀਗਾ ਉਹਨੂੰ ਗੋਡਿਆਂ ਦੀ ਪ੍ਰੋਬਲਮ ਸੀ ਚਲੋ ਉਹਨਾਂ ਨੂੰ ਦੱਸਿਆ ਮੈਂ ਕਿਹਾ ਤੁਸੀਂ ਇੱਦਾਂ ਇੱਦਾਂ ਇਸਤੇਮਾਲ ਕਰੋ ਆਹ ਚੀਜ਼ਾਂ ਕਰ ਲਈਆਂ ਕੱਲ੍ਹ ਉਹਦਾ ਵਿਚਾਰੇ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਫੋਨ ਆਇਆ ਸਪੈਸ਼ਲ ਉਹਦਾ ਅਤੇ ਉਹ ਕਹਿੰਦਾ ਵੀ ਮੈਂ ਸਿਰਫ ਧੰਨਵਾਦ ਕਰਨਾ ਵੀ ਮੈਂ ਠੀਕ ਹੈਗਾ ਹੁਣ ਉਹ ਤੋਂ ਵਿਚਾਰ ਤਾਂ ਮੈਂ ਫੀਸ ਥੋੜ੍ਹੀ ਲੈਣੀ ਆ ਪਏ ਇਹ ਆ ਵੀ ਚੱਲ ਕਿਸੇ ਦਾ ਹੱਲ ਹੋ ਗਿਆ ਬੰਦਾ ਦਿਲ 'ਚੋਂ ਅਸੀਸ ਦੇ ਦਿਓ ਇਹੀ ਸਾਡੇ ਲਈ ਬਹੁਤ ਆ ਇਹ ਫੀਸ ਤੋਂ ਵੱਧ ਕੇ ਆ ਚੀਜ਼ ਹੈ ਅੱਛਾ ਸਰ ਦਰਸ਼ਕ ਦੇਖ ਰਹੇ ਹੋਣਗੇ ਕਾਫੀ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜਨਾ ਚਾਹ ਰਹੇ ਹੋਣਗੇ ਪੇਨਫੁਲ ਜਿਹੜਾ ਉਹ 'ਚ ਦੌਰ 'ਚ ਗੁਜ਼ਰੇ ਹੋਣਗੇ ਮੈਂ ਕਹੂੰਗੀ ਵੀ ਨੰਬਰ ਜ਼ਰੂਰ ਬੋਲ ਦਿਓ ਤਾਂ ਕਿ ਵੀ ਜੇ ਕੋਈ ਦੂਰੋਂ ਆਉਣਾ ਚਾਹੁੰਦਾ ਅਤੇ ਕੀ ਪ੍ਰੋਸੀਜਰ ਰਹਿੰਦਾ ਇੱਕ ਦਿਨ ਪਹਿਲਾਂ ਟਾਈਮ ਲੈਣਾ ਪੈਂਦਾ ਦੋ ਦਿਨ ਪਹਿਲਾਂ ਲੈਣਾ ਪੈਂਦਾ ਉਹ ਜ਼ਰੂਰ ਦੱਸ ਦਿਓ ਬਿਲਕੁਲ ਇੱਕ ਦਿਨ ਪਹਿਲਾਂ ਫੋਨ ਕਰਨਾ ਪੈਂਦਾ ਤਾਂ ਕਿ ਅਗਰ ਸਾਨੂੰ ਵੀ ਕਿਤੇ ਐਮਰਜੈਂਸੀ ਪੈਣਾ ਜਾਣਾ ਪੈ ਜਾਵੇ ਕਿਉਂਕਿ ਅਸੀਂ ਵੀ ਘਰੇਲੂ ਜੀਵਨ ਜਿਉਂਦੇ ਹੈਗੇ ਹਾਂ ਠੀਕ ਹੈ ਨਾ ਲੋਕਾਂ ਦੇ ਵਿੱਚ ਰਹਿੰਦੇ ਹੈਗੇ ਹਾਂ ਸਾਡੇ ਵੀ ਆਮਦਨ ਹੈਗੇ ਨੇ ਜੇ ਜ਼ਰੂਰੀ ਆ ਜਾਣਾ ਪੈਂਦਾ ਪਰ ਉਹਦੇ ਲਈ ਇੱਕ ਦਿਨ ਪਹਿਲਾਂ ਤਾਂ ਫੋਨ ਕਰੋ ਫੋਨ ਕਰਕੇ ਅਪੁਆਇੰਟਮੈਂਟ ਲੈ ਲਓ ਤਾਂ ਅਗਲੇ ਦਿਨ ਦਾ ਨੰਬਰ ਫਿਰ ਮਿਲ ਜਾਂਦਾ ਉਹਨਾਂ ਨੂੰ ਠੀਕ ਹੈ ਔਰ ਮੰਡੇ ਨੂੰ ਨਹੀਂ ਆਉਣਾ ਮੰਡੇ ਦੇ ਦਿਨ ਛੁੱਟੀ ਹੈਗੀ ਆ ਠੀਕ ਇਹ ਚੀਜ਼ ਦਾ
ਠੀਕ ਅੱਛਾ ਸਰ ਬਹੁਤ ਦੂਰੋਂ ਦੂਰੋਂ ਜਿੱਦਾਂ ਆਉਂਦੇ ਤੁਸੀਂ ਦੱਸਿਆ ਵੀ ਬਾਹਰੋਂ ਵੀ ਕਈ ਮੈਂ ਦੇਖਿਆ ਵੀ ਕੱਲ੍ਹ ਆਪਣੀ ਇੱਕ ਮੰਮਾ ਦਾ ਟ੍ਰੀਟਮੈਂਟ ਲਈ 7 ਸਾਲਾਂ ਬਾਅਦ ਮੁੰਡਾ ਕੈਨੇਡਾ ਤੋਂ ਆਇਆ ਸੀ ਅਤੇ ਇੱਕ ਕਹੋਗੇ ਵੀ ਅਸੀਸਾਂ ਵੀ ਦਿੰਦੇ ਹੋਣਗੇ ਬਹੁਤ ਕਿਵੇਂ ਦਾ ਲੱਗਦਾ ਹੈ ਅਸੀਸ ਸਭ ਤੋਂ ਬੜੀ ਗੱਲ ਹੈ ਚੈਨ ਸਪੂਨ ਮਿਲਣਾ ਅਗਰ ਤੁਸੀਂ ਪੈਸੇ ਲੈ ਕੇ ਜੇਬ 'ਚ ਪਾ ਲਓ ਉਹਦੇ ਨਾਲ ਚੈਨ ਦੇਖਿਓ ਇੱਕ ਤੁਸੀਂ ਅਗਲੇ ਦੀ ਦੁਆ ਲੈ ਲਓ ਆਪਣੇ ਲਈ ਉਹਦੇ ਲਈ ਚੈਨ ਦੇਖਿਓ ਕਿ ਦੋਨੇ 'ਚ ਬਹੁਤ ਅੰਤਰ ਆ ਠੀਕ ਹੈ ਨਾ ਅਗਰ ਤੁਸੀਂ ਦੁਆ ਲੈ ਲਈ ਨਾ ਕਿਸੇ ਦੀ ਕਿਸੇ ਨੇ ਦਿਲ 'ਚੋਂ ਅਸੀਸ ਦੇ ਦਿੱਤੀ ਤਾਂ ਉਹ ਤੁਹਾਡਾ ਕਮਾਈ ਦਾ ਮੁੱਲ ਹੈ ਹੀ ਨਹੀਂ ਕੋਈ ਉਹ ਹੈ ਨਾ ਕਿ ਉਹ ਬਹੁਤ ਬੜੀ ਚੀਜ਼ ਆ ਉਹ ਕਿਸੇ ਚੀਜ਼ ਤੋਂ ਵੀ ਤੁਹਾਨੂੰ ਬਚਾ ਸਕਦੀ ਹੈ ਕਿ ਉਹੀ ਸਾਡੇ ਲਈ ਬਹੁਤ ਆ ਕਿ ਸਾਡੇ ਲਈ ਤਾਂ ਦੁਆਵਾਂ ਚਾਹੀਦੀਆਂ ਨੇ ਨਾ ਕਿ ਲੋਕਾਂ ਦੇ ਪੈਸੇ ਅੱਛਾ ਸਰ ਇਹ ਚੀਜ਼ ਹੈਰੀਡੇਟਰੀ ਵੀ ਹੈਗੀ ਅੱਗੇ ਕਿਸੇ ਬੱਚੇ 'ਚ ਹੈਗੀ ਹੈ ਜਾਂ ਪਹਿਲਾਂ ਤੁਹਾਡੇ ਫਾਦਰ ਸਾਹਿਬ 'ਚ ਸੀਗੀ ਇਹ ਗੱਲ ਦੇਖੋ ਮੇਰਾ ਬੇਟਾ ਹੈਗਾ 13 ਸਾਲ ਦਾ ਉਹ ਤਕਰੀਬਨ ਮੇਰੇ ਨਾਲ ਯਾਤਰਾ ਜਦੋਂ ਛੁੱਟੀ ਹੁੰਦੀ ਉਹ ਮੇਰੇ ਨਾਲ 'ਤੇ ਰਹਿੰਦਾ ਹੈਗਾ ਅਤੇ ਉਹ ਸਾਰਾ ਕੁਛ ਉਹਨੂੰ ਇਕੱਲੀ ਇਕੱਲੀ ਚੀਜ਼ ਦਾ ਪਤਾ ਹੈਗਾ ਜਿਸ ਤਰ੍ਹਾਂ ਹੁਣ ਤੁਸੀਂ ਪਹਿਲਾਂ ਵੀ ਫੀਸ ਦੀ ਗੱਲ ਕਰੀ ਹੈ ਸਭ ਤੋਂ ਪਹਿਲਾਂ ਸ਼ੁਰੂ 'ਚ ਇਹਦੀ ਆਦਤ ਇੱਦਾਂ ਦੀ ਹੈਗੀ ਆ ਕਿ ਜੇ ਕਿਤੇ ਬਾਹਰ ਵੀ ਗਏ ਕੋਈ ਵੈਸੇ ਵੀ ਕੋਈ ਵਿਚਾਰਾ ਮੰਗਣ ਵਾਲਾ ਮਿਲ ਗਿਆ ਅਗਰ ਮੇਰਾ ਨਹੀਂ ਵੀ ਧਿਆਨ ਪਿਆ ਤਾਂ ਇਹਨੇ ਗੱਡੀ 'ਚੋਂ ਮੈਨੂੰ ਕਹਿ ਦੇਣਾ ਵੀ ਜੀ ਇਹਨੂੰ ਦੇਵੋ ਕੁਛ ਅਗਰ ਨਹੀਂ ਵੀ ਕੁਛ ਹੈਗਾ ਨਿਕਲਣਾ ਮੈਂ ਆਪਣੀ ਜੇਬ 'ਚੋਂ ਦੇ ਦਿੰਦਾ ਠੀਕ ਹੈ ਅਤੇ ਰਹੀ ਗੱਲ ਇੱਥੇ ਵੀ ਪੇਸ਼ੈਂਟ ਕੋਈ ਕਈ ਵਾਰ ਇੱਦਾਂ ਦੇ ਆ ਜਾਂਦੇ ਨੇ ਮੈਨੂੰ ਨਹੀਂ ਪਤਾ ਚੱਲਦਾ ਵੀ ਵਿਚਾਰੇ ਇੱਦਾਂ ਦੇ ਹੈਗੇ ਨੇ ਵੀ ਕਿੱਥੋਂ ਇਹਨੇ ਗੱਲ ਉਹਨਾਂ ਦੀ ਪਤਾ ਕੀਤੀ ਜਾਂ ਪੈਸੇ ਹੀ ਦੇਖ ਲਿਆ ਤਾਂ ਇਹਨੇ ਪੈਸੇ ਮੜਾ ਦੇਣੇ ਨੇ ਜੇ ਦਿੰਦੇ ਵੀ ਨੇ ਧੱਕੇ ਨਾਲ ਵੀ ਨਾ ਆਪਾਂ ਪੈਸੇ ਲੈਣੇ ਨਹੀਂ ਇਹਨਾਂ ਤੋਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਹੰਮਦ ਅਜ਼ਾਨ ਡੈਡ ਦੀ ਉਹਦੇ ਚੱਲ ਰਹੇ ਹੋ ਹੈ ਪੂਰਾ ਜਿਵੇਂ ਡੈਡ ਕਰ ਰਹੇ ਨੇ ਹਾਂਜੀ ਜਿਵੇਂ ਡੈਡ ਕਹਿਣਗੇ ਉਵੇਂ ਹੀ ਕਰਨੇ ਆ ਇੱਕ ਕਹਾਂਗੇ ਸਰ ਤੁਸੀਂ ਸੇਵਾ ਕਰ ਰਹੇ ਹੋ ਨਾ ਇੱਕ ਇਹ ਤੁਸੀਂ ਵੀ ਅੱਗੇ ਕੁਝ ਸੋਚਿਆ ਵੀ ਪੜ੍ਹ ਲਿਖ ਕੇ ਇੱਦਾਂ ਦੀ ਸੇਵਾ ਕਰਨੀ ਹੈ ਹਾਂਜੀ ਮੈਂ ਵੀ ਇਹਨਾਂ ਵਾਂਗੂ ਡਾਕਟਰ ਹੀ ਬਣਨਾ ਪਊਂ ਡਾਕਟਰ ਬਣਨਾ ਉਹਦੇ ਲਈ ਪੜ੍ਹਨਾ ਵੀ ਪੈਣਾ ਬਹੁਤ ਹਾਂਜੀ ਅੱਛਾ ਸਰ ਆਖਰੀ ਸਵਾਲ ਹੋਊਗਾ ਮੇਰਾ ਵੀ ਪੁਰਾਤਨ ਜ਼ਮਾਨੇ ਦੇ ਵਿੱਚ ਮੈਂ ਇੰਟਰੋ ਦੱਸੀ ਸੀਗੀ ਵੀ ਖੁਰਾਕਾਂ ਸੀ ਜਿਹੜੀਆਂ ਸ਼ੁੱਧ ਹੁੰਦੀਆਂ ਸੀਗੀਆਂ ਕਿ ਉਹਦੇ ਪੀਪੇ ਆਪਣੇ ਬਜ਼ੁਰਗ ਇੱਦਾਂ ਹੀ ਪੀ ਜਾਂਦੇ ਸੀਗੇ ਪਰ ਅੱਜ ਦੀਆਂ ਜਿਹੜੀਆਂ ਇਹ ਗੋਡੇ ਦੀਆਂ ਬਿਮਾਰੀਆਂ ਮੋਢਿਆਂ ਦੀਆਂ ਵੱਧ ਰਹੀਆਂ ਨੇ ਕੀ ਕਾਰਨ ਮੰਨਦੇ ਹੋ ਦੇਖੋ ਇੱਕ ਤਾਂ ਖੁਰਾਕਾਂ ਸ਼ੁੱਧ ਨਹੀਂ ਹੈਗੀਆਂ ਇੱਕ ਨੀਅਤਾਂ ਸ਼ੁੱਧ ਨਹੀਂ ਹੈਗੀਆਂ ਠੀਕ ਹੈ ਨਾ ਨੀਅਤ ਔਰ ਖੁਰਾਕ ਦਾ ਬਹੁਤ ਫਰਕ ਆ ਨੀਅਤ ਜਿਹੋ ਜਿਹੀ ਤੁਸੀਂ ਨੀਅਤ ਰੋਕੋਗੇ ਵੈਸੇ ਹੀ ਉੱਪਰ ਵਾਲਾ ਫੈਸਲੇ ਕਰਦਾ ਠੀਕ ਇਹ ਤਾਂ ਮਨਜ਼ੂਰ ਰਹੀ ਗੱਲ ਸਭ ਤੋਂ ਪਹਿਲਾਂ ਨੀਅਤ ਪਹਿਲਾਂ ਲੋਕਾਂ ਦੀ ਇਹ ਹੁੰਦੀ ਸੀ ਵੀ ਇੱਕ ਦੂਜੇ ਪੜੋਸੀ ਦੇ ਲਈ ਕੰਮ ਆਉਂਦੇ ਸੀਗੇ ਤਾਂ ਕਿ ਜ਼ਰੂਰੀਅਤ ਚੀਜ਼ਾਂ ਇੱਕ ਦੂਜਾ ਲੋੜ ਪੈਂਦੀ ਰਹਿੰਦੀ ਉਹਦੇ ਲਈ ਦੁਆ ਵੀ ਦਿੰਦੇ ਸੀਗੇ ਕਿਸੇ ਦੇ ਕੋਈ ਹੈਲਪ ਦੀ ਕਿਸੇ ਨੂੰ ਜ਼ਰੂਰਤ ਹੈ ਤਾਂ ਭੱਜ ਕੇ ਕਰਦੇ ਸੀ ਹੁਣ ਭਾਈ ਭਾਈ ਨੂੰ ਦੇਖ ਕੇ ਨਹੀਂ ਚੱਲਦਾ ਉਹਦੇ ਲਈ ਦਿਲ ਦੇ ਵਿੱਚ ਨਫ਼ਰਤ ਇੱਦਾਂ ਦੀ ਹੈਗੀ ਆ ਵੀ ਉਹ ਕਿੱਦਾਂ ਖਾਜੂ ਉਹ ਤਾਂ ਸੁਣਦੇ ਹੋ ਅਗਰ ਕਿਸੇ ਦੇ ਲਈ ਟੋਆ ਪੱਟਿਆ ਤਾਂ ਤੁਹਾਡੇ ਲਈ ਟੋਆ ਪਹਿਲਾਂ ਤਿਆਰ ਆ ਅਗਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਵੀ ਤੁਹਾਡੇ ਘਰ 'ਚ ਖੁਸ਼ਹਾਲੀ ਰਹੇ ਤੰਦਰੁਸਤੀ ਰਹੇ ਤਾਂ ਪੜੋਸੀ ਦੇ ਲਈ ਦੁਆ ਕਰੋ ਵੀ ਇਹਦੇ ਘਰੇ ਤੰਦਰੁਸਤੀ ਰਹੇ ਤਾਂ ਤੁਹਾਡੇ ਘਰੇ ਆਊਗੀ ਅਗਰ ਤੁਸੀਂ ਦੂਜੇ ਦੇ ਲਈ ਬੁਰਾ ਚਾਹੁੰਦੇ ਤਾਂ ਤੁਹਾਡੇ ਲਈ ਪਹਿਲਾਂ ਹੋਣਾ ਇਸ ਕਰਕੇ ਖੁਰਾਕਾਂ ਫਿਰ ਉਦੋਂ ਖੁਰਾਕਾਂ ਸ਼ੁਰੂ ਹੁੰਦੀਆਂ ਕਿ ਨੀਅਤ ਦਰੁਸਤ ਹੋਊਗੀ ਤੁਹਾਡੀ ਇੱਕ ਦੂਜੇ ਲਈ ਦੁਆ ਕਰੋਗੇ ਭੈਣ ਭਾਈ ਦੇ ਲਈ ਪੜੋਸੀਆਂ ਦੇ ਲਈ ਕਿ ਚੰਗੀ ਉਹਦੇ ਲਈ ਸੋਚ ਰੱਖੋਗੇ ਉੱਪਰ ਵਾਲੇ ਤੋਂ ਮੰਗੋਗੇ ਤਾਂ ਕੀ ਆ ਕਿ ਤੁਹਾਡੀ ਸ਼ੁਰੂਆਤ ਹੋ ਜੂ ਉਦੋਂ ਬਾਅਦ ਫਿਰ ਜਿਹੜੀ ਖੁਰਾਕਾਂ ਖਾਓਗੇ ਕਿ ਕੀ ਆ ਕਿ ਉੱਪਰ ਵਾਲਾ ਫਿਰ ਉਹਦੇ ਤੁਹਾਨੂੰ ਸ਼ਿਫਾ ਦਿੰਦਾ ਅੱਜ ਦੇ ਟਾਈਮ ਦੀ ਗੱਲ ਕਰੀਏ ਮੈਂ ਕਹਿੰਦੀ ਹਾਂ ਲੋਕ ਪੈਸਾ ਦੂਜੇ ਪਾਸੇ ਲਾ ਦਿੰਦੇ ਨੇ ਅਗਲੇ ਨੂੰ ਆਪਾਂ ਪੁੱਛਦੇ ਹਾਂ ਵੀ ਤੁਸੀਂ ਘਰ ਬਣਾ ਲਿਆ ਅੱਛਾ ਆਪਣੇ ਸਰੀਰ ਦੇ ਟੈਸਟ ਕਰਾਏ ਨੇ ਅਗਲਾ ਕਹਿੰਦਾ ਨਹੀਂ ਟਾਈਮ ਹੀ ਨਹੀਂ ਲੱਗਿਆ ਹੈਗਾ ਸਾਡੇ ਨਾਲ ਬੀਬੀ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਪ੍ਰੋਬਲਮ ਸੀ ਬੀਬੀ ਜੀ ਮੇਰੇ ਹੱਡੀਆਂ ਆਪੇ ਆਪ ਟੁੱਟਣ ਲੱਗ ਗਈਆਂ ਸੀ ਜੀ ਹੱਡੀਆਂ ਆਪਣੇ ਆਪ ਟੁੱਟਣ ਲੱਗ ਗਈਆਂ ਸੀ ਟੁੱਟਣ ਲੱਗ ਗਿਆ ਆਪ ਲੱਤ ਆਪੇ ਟੁੱਟ ਗਈ ਜੀ ਤੁਰੇ ਫਿਰਦਿਆਂ ਦੀ ਅੱਛਾ ਅਤੇ ਹੁਣ ਮੈਂ ਇੱਥੋਂ ਦੱਸਿਆ ਸੀ ਉੱਥੇ ਮੇਰੀ ਪੋਤੀ ਠੀਕ ਹੋਈ ਸੀ ਇੱਥੋਂ ਉਹਦੇ ਗੋਡਿਆਂ ਦੀ ਪ੍ਰੋਬਲਮ ਸੀਗੀ ਉਹ ਠੀਕ ਹੋ ਗਈ ਇੱਥੋਂ ਹੁਣ ਮੇਰੇ ਕੱਲ੍ਹ ਪਰਸੋਂ ਆਈ ਸੀ ਮੈਂ ਦਵਾਈ ਲੈਣ ਤੁਸੀਂ ਆਏ ਕਿੱਥੋਂ ਅਸੀਂ ਰਾਜਸਥਾਨ 'ਚੋਂ ਆਏ ਹਾਂ ਜੀ ਰਾਜਸਥਾਨ ਤੋਂ ਤੁਸੀਂ ਲਿਬੜੇ ਚੱਲ ਕੇ ਆਏ ਹੋ ਲਿਬੜੇ ਚੱਲ ਕੇ ਆਏ ਜੀ 7 ਘੰਟੇ ਤਾਂ ਉੱਥੇ ਸਾਨੂੰ ਪਿੰਡ ਹੀ ਲੱਗੇ ਬਠਿੰਡੇ ਤਿੱਕਰ ਦੇ ਅਤੇ ਉਦੋਂ ਬਾਅਦ ਹੁਣ ਸਾਨੂੰ 4 ਘੰਟੇ ਇੱਥੇ ਲੱਗੇ ਆ ਜੀ ਹਾਂ ਕਿੱਦਾਂ ਤੁਸੀਂ ਅਸੀਂ ਇੱਥੇ ਪਿੱਛੇ ਤਾਂ ਗੱਡੀ 'ਤੇ ਆਏ ਸੀ ਇੱਥੇ ਗੱਡੀ ਦੇ 7000 ਰੁਪਇਆ ਜ਼ਿਆਦਾ ਪੈਸੇ ਲੱਗਦੇ ਸੀਗੇ ਤਾਂ ਕਰਕੇ ਫਿਰ ਮੋਟਰਸਾਈਕਲ 'ਤੇ ਆਏ ਜੀ ਮੋਟਰਸਾਈਕਲ ਤੋਂ ਚੱਲ ਕੇ ਆਏ ਨੇ ਬੱਸੋਂ ਆਇਆ ਫਿਰ ਅਸੀਂ ਤੁਹਾਨੂੰ ਫਰਕ ਲੱਗ ਰਿਹਾ ਹਾਂ ਅੱਜ ਹੀ ਆਇਆ ਸੀ ਪਹਿਲੀ ਵਾਰ ਹੀ ਆਈ ਹਾਂ ਜੀ ਮੈਂ ਤਾਂ ਹਾਂਜੀ ਡਾਕਟਰ ਸਾਹਿਬ ਹੱਡੀਆਂ ਆਪਣੇ ਆਪ ਟੁੱਟ ਰਹੀਆਂ ਨੇ ਇਲਾਜ ਕਿੱਦਾਂ ਮਤਲਬ ਕੀ ਕਹਾਂ ਮੈਂ ਸਪੀਚਲੈਸ ਹਾਂ ਗੱਲ ਹੈ ਜੀ ਇਲਾਜ ਤਾਂ ਉੱਪਰ ਵਾਲਾ ਕਰੋ ਸਾਡਾ ਥੋੜ੍ਹੇ ਕੁਛ ਇਹ ਕਰਨਾ ਤਾਂ ਲੈਂਦੇ ਹਾਂ ਗੱਲ ਆ ਮਰੀਜ਼ ਨੂੰ ਦੇਖਦੇ ਹਾਂ ਤਾਂ ਮੰਗਦੇ ਅੱਲਾ ਤੋਂ ਆ ਵੀ ਉਹ ਨਹੀਂ ਕਰਨਾ ਉਸ ਉਹ ਮਾਲਕ ਹੀ ਕਰਨ ਵਾਲਾ ਠੀਕ ਹੈ ਨਾ ਕਿ ਸਾਡੇ ਹੱਥ ਕੁਛ ਨਹੀਂ ਹੈ ਹੁਣ ਬੀਬੀ ਦੇ ਪਹਿਲਾਂ ਇਹਨਾਂ ਦਾ ਕੋਈ ਠੀਕ ਹੋਇਆ ਸੀ ਉਹਨਾਂ ਨੇ ਭੇਜਿਆ ਵਰਨਾ ਨਹੀਂ ਐਡੀ ਦੂਰ ਕਿਵੇਂ ਉਹ ਬੰਦਾ ਠੀਕ ਹੈ ਨਾ ਕੋਈ ਆਸ ਲੈ ਕੇ ਆਇਆ ਸੀ ਤਾਂ ਇਹ ਕਹਿੰਦੇ ਵੀ ਜਦੋਂ ਤੁਸੀਂ ਕੋਈ ਦਵਾਈ ਖਾਂਦੇ ਹੋ ਕੋਈ ਵੀ ਚੀਜ਼ ਤੁਸੀਂ ਖਾਂਦੇ ਚਾਹੇ ਤੁਸੀਂ ਰੋਟੀ ਵੀ ਖਾਂਦੇ ਹੋ ਤਾਂ ਉਹਦਾ ਨਾਂ ਲੈ ਕੇ ਸ਼ੁਰੂ ਕਰੋ ਤਾਂ ਕਿ ਉਹ ਸ਼ਿਫਾ ਦੇਵੇ ਹਾਂ ਬਿਲਕੁਲ ਕਿਉਂਕਿ ਬਾਅਦ 'ਚੋਂ ਵੀ ਹੁਣ ਡਾਕਟਰ ਨੇ
ਜਦੋਂ ਐਂਡ ਕੰਮ ਹੋ ਜਾਂਦਾ ਸਾਰੇ ਹੱਥ ਖੜ੍ਹੇ ਹੋ ਜਾਂਦੇ ਨੇ ਤਾਂ ਉੱਥੇ ਕਹਿੰਦੇ ਵੀ ਬਸ ਅਰਦਾਸ ਕਰੋ ਅੱਗੇ ਵਾਲੇ ਠੀਕ ਹੈ ਮੈਂ ਕਹਿੰਦਾ ਵੀ ਪਹਿਲਾਂ ਹੀ ਅਰਦਾਸ ਨਾਲ ਸ਼ੁਰੂ ਕਰ ਲਓ ਬਾਅਦ ਚੋਂ ਵੀ ਤਾਂ ਕਰਨੀ ਹੈ ਸ਼ੁਰੂਆਤ ਵੀ ਉਹਦੇ ਨਾਲ ਕਰੋ ਤਾਂ ਥੋੜ੍ਹਾ ਐਂਡ ਵੀ ਉਹਦੇ ਨਾਲ ਹੋਣਾ ਚਾਹੀਦਾ ਮੈਂ ਨਾ ਪਹਿਲਾਂ ਇੱਕ ਪੇਸ਼ੈਂਟ ਦੇਖਿਆ ਸੀ ਤੁਸੀਂ ਉਹਨੂੰ ਕਹਿ ਰਹੇ ਸੀ ਵੀ ਉਹ ਦੱਸ ਰਹੇ ਸੀ ਵੀ ਮੇਰੇ ਮੋਢੇ 'ਚ ਪੇਨ ਆ ਵੀ ਬਾਹਾਂ ਸੌਂਦੀਆਂ ਨੇ ਕਿਵੇਂ ਮਤਲਬ ਪਤਾ ਲੱਗਿਆ ਵੀ ਇਹਨਾਂ ਦੀਆਂ ਬਾਹਾਂ ਵੀ ਸੌਂਦੀਆਂ ਕਿਵੇਂ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਸੱਟ ਆ ਜਿਹੜੀ ਉੱਥੇ ਲੱਗੀ ਹੋਈ ਹੈ ਵਿਦਆਊਟ ਸੀ ਟੀ ਸਕੈਨ MRI ਗੱਲ ਇਹ ਹੈ ਜੀ ਉਹ ਜਦੋਂ ਹੱਥ ਰੱਖਦੇ ਆ ਨਾ ਤਾਂ ਮਹਿਸੂਸ ਹੋ ਜਾਂਦਾ ਅੱਲਾ ਨੇ ਜ਼ਿਹਨ ਦਿੱਤਾ ਜ਼ਿਹਨ ਹੁਣ ਆਪਾਂ ਨੂੰ ਜ਼ੁਬਾਨ ਦਿੱਤੀ ਇੱਕ ਜ਼ੁਬਾਨ ਦੇ ਵਿੱਚ ਆਪਾਂ ਕੋਈ ਵੀ ਚੀਜ਼ ਰੱਖਦਾ ਤਾਂ ਆਪਾਂ ਨੂੰ ਖੱਟੇ ਦਾ ਨਮਕ ਵਾਲੇ ਦਾ ਗਰਮ ਦਾ ਮਹਿਸੂਸ ਹੋ ਜਾਂਦਾ ਕਿ ਨਹੀਂ ਇਸੇ ਤਰ੍ਹਾਂ ਅੱਲਾ ਨੇ ਹੱਥ ਵੀ ਦਿੱਤੇ ਨੇ ਸਮਝ ਵੀ ਇੱਦਾਂ ਹੀ ਦਿੱਤੀ ਹੈਗੀ ਆ ਕਿ ਅਗਰ ਆਪਾਂ ਹੱਥ ਰੱਖਦਾ ਤਾਂ ਮਹਿਸੂਸ ਹੋ ਜਾਂਦਾ ਕਿ ਕੀ ਚੀਜ਼ ਹੈਗੀ ਆ ਸਾਡੇ ਨਾਲ ਇੱਕ ਪੇਸ਼ੈਂਟ ਮੌਜੂਦ ਨੇ ਇਹਨਾਂ ਨੇ ਦੱਸਿਆ ਵੀ ਬਹੁਤ ਬੁਰੀ ਹਾਲਤ ਸੀਗੀ ਮੈਂ ਭੈਣ ਨੂੰ ਆਪ ਕਹੂੰਗੀ ਵੀ ਉਹ ਆਪ ਦੱਸਣ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਜੀ ਅਸੀਂ ਦਲੀਜ ਕਲਾ ਤੋਂ ਆਏ ਹਾਂ ਜੀ ਅਹਿਮਦਗੜ੍ਹ ਕੋਲੇ ਜੀ ਕੀ ਪ੍ਰੋਬਲਮ ਸੀ ਭੈਣੇ ਮੈਨੂੰ ਢੂਹੀ ਦੀ ਪ੍ਰੋਬਲਮ ਸੀ ਪਿਛਲੇ ਸਾਲ ਤੋਂ ਜੀ ਮੇਰੀ ਢੂਹੀ ਦਰਦ ਕਰ ਰਹੀ ਸੀਗੀ ਅਤੇ ਜੀ ਢੂਹੀ ਇੰਨੀ ਜ਼ਿਆਦਾ ਦਰਦ ਕਰ ਰਹੀ ਸੀਗੀ ਵੀ ਬੈੱਡ 'ਤੇ ਪੈ ਗਏ ਸੀਗੇ ਮੰਜੇ 'ਤੇ ਬਿਲਕੁਲ ਜੀ ਲੱਤ ਵੀ ਨਹੀਂ ਸੀ ਥੱਲੇ ਹੁੰਦੀ ਸੀਗੀ ਹਿੱਲਿਆ ਵੀ ਨਹੀਂ ਸੀ ਜਾਂਦਾ ਮੰਜੇ ਤੋਂ ਦਰਦ ਪੈਣ ਬਹੁਤ ਜ਼ਿਆਦਾ ਪੈਂਦਾ ਸੀ ਦਰਦ ਪੈਣੋਂ ਨਹੀਂ ਸੀ ਹਟਦਾ ਜੀ ਅਤੇ ਪਹਿਲੀ ਵਾਰ ਡਾਕਟਰ ਨੇ ਜੀ ਮੈਨੂੰ ਗੱਡੀ 'ਚ ਦੇਖਿਆ ਸੀਗਾ ਜੀ ਲੈਟਰੀਨ ਬਾਥਰੂਮ ਵੀ ਮੈਂ ਮੰਜੇ 'ਤੇ ਕਰਦੀ ਸੀਗੀ ਜੀ ਮੇਰੀ ਇੰਨੀ ਹਾਲਤ ਖਰਾਬ ਹੋ ਗਈ ਸੀ ਟੋਟਲੀ ਬੈੱਡ 'ਤੇ ਪੈ ਗਏ ਸੀਗੇ ਜੀ ਟੋਟਲੀ ਬੈੱਡ 'ਤੇ ਪੈ ਗਏ ਫਿਰ ਇਹਨਾਂ ਦਾ ਕੰਟੈਕਟ ਕਿਹਨੇ ਦਿੱਤਾ ਸੀ ਅੱਗੇ ਕਿਹਨੇ ਕਿਹਾ ਸੀ ਵੀ ਇੱਥੇ ਜਾਓ ਜੀ ਅਸੀਂ MRI ਕਰਾਈ ਸੀ ਉਹ 'ਚ ਸਾਨੂੰ ਡਾਕਟਰਾਂ ਤੋਂ ਅਸੀਂ ਕਿੰਨਿਆਂ ਤੋਂ ਸਲਾਹ ਲਈ ਸੀ ਉਹਨਾਂ ਨੇ ਆਪਰੇਸ਼ਨ ਹੀ ਦੱਸਿਆ ਸੀ ਕਹਿਣਗੇ ਰਾਡਾਂ ਪੈਣਗੀਆਂ ਜੀ ਤੁਹਾਡੇ ਦੋ ਫਿਰ ਜੀ ਮੇਰੇ ਵੀਰ ਜੀ ਨੇ ਲੁਧਿਆਣੇ ਕਾਫੀ ਡਾਕਟਰਾਂ ਨੂੰ ਮਿਲੇ ਜੀ ਫਿਰ ਉੱਥੇ ਮੇਰੇ ਮਾਮਾ ਜੀ ਰਹਿੰਦੇ ਸੀ ਜੀ ਉਹਨਾਂ ਨੇ ਸਾਨੂੰ ਦੱਸਿਆ ਸੀ ਐਡ ਤੋਂ ਫਿਰ ਜਿੰਨੀ ਵਾਰ ਆਏ ਹੋ ਇੱਥੇ ਸੱਚ ਦੱਸਿਓ ਉਹਨਾਂ ਦੀ ਗੱਲ ਛੱਡ ਦਿਓ ਫਰਕ ਹੈ ਹਾਂਜੀ ਫਰਕ ਆ ਜੀ ਮੈਂ ਮੰਜੇ ਤੋਂ ਉੱਠ ਕੇ ਤੁਰਨ ਲੱਗ ਜੀ ਅਸੀਂ ਚੌਥੀ ਵਾਰ ਆਏ ਹਾਂ ਜੀ ਫੀਸ ਤਾਂ ਨਹੀਂ ਜ਼ਿਆਦਾ ਲੈਂਦੇ ਨਹੀਂ ਨਹੀਂ ਜੀ ਬਿਲਕੁਲ ਫੀਸ ਹੈ ਜੋ ਸਰਦਾ ਦੀ ਲੈਂਦੇ ਨਹੀਂ ਜੀ ਜਿਹਨੇ ਦੇਣੀ ਦੇ ਸਕਦਾ ਜਿਹਨੇ ਨਹੀਂ ਦੇਣੀ ਨਾ ਦੇ ਸਕਦਾ ਕਿੰਨੀ ਵਾਰ ਆਏ ਹੋ ਅਸੀਂ ਚੌਥੀ ਵਾਰ ਆਏ ਜੀ ਚੌਥੀ ਵਾਰ ਆਏ ਹਾਂ ਅਤੇ ਪਹਿਲੀ ਵਾਰ ਤੁਹਾਨੂੰ ਗੱਡੀ 'ਚ ਦੇਖਿਆ ਤਾਂ ਚੌਥੀ ਵਾਰ ਤੁਸੀਂ ਤੁਰ ਕੇ ਆਏ ਹੋ ਹਾਂਜੀ ਪਹਿਲੇ ਦਿਨ ਹੀ ਮੈਂ ਸ਼ਾਮ ਨੂੰ ਬਾਥਰੂਮ ਮੈਨੂੰ ਮੇਰੇ ਮੰਮੀ ਜੀ ਮੇਰੇ ਭਾਬੀ ਜੀ ਸਪੋਰਟ ਨਾਲ ਉਹਨਾਂ ਦੇ ਨਾਲ ਬਾਥਰੂਮ ਜਾਣ ਲੱਗੀ ਪਹਿਲਾਂ ਮੈਥੋਂ ਮੰਜੇ ਤੋਂ ਆਪਦੇ ਸਹਾਰੇ ਨਾਲ ਬੈਠਿਆ ਨਹੀਂ ਸੀ ਜਾਂਦਾ ਜੀ ਨਾ ਲੱਤ 'ਤੇ ਵਜਨ ਆਉਂਦਾ ਸੀਗਾ ਇੰਨਾ ਦਰਦ ਪੈਂਦਾ ਸੀਗਾ ਜੀ ਜਿਹੜੀ ਦਵਾਈ ਵਗੈਰਾ ਦਿੰਦੇ ਨੇ ਕਿੰਨੀ ਕੁ ਮਹਿੰਗੀ ਹੁੰਦੀ ਹੈ ਦਵਾਈ ਠੀਕ ਹੀ ਹੁੰਦੀ ਹੈ ਜੀ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਬਹੁਤ ਦੂਰੋਂ ਦੂਰੋਂ ਜਿਹੜੇ ਪੇਸ਼ੈਂਟ ਨੇ ਚੱਲ ਕੇ ਆ ਰਹੇ ਨੇ ਅਤੇ ਇਹਨਾਂ ਨੇ ਦੱਸਿਆ ਵੀ ਫੀਸ ਆਪਣੀ ਮਰਜ਼ੀ ਆ ਦੇਣੀ ਦਿਓ ਨਹੀਂ ਤਾਂ ਕੋਈ ਧੱਕਾ ਨਹੀਂ ਹੈਗਾ ਵੀ ਫੀਸ ਦੇਣੀ ਆ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਜਿਹੜੇ ਪੇਸ਼ੈਂਟ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਵੀਂ ਵਾਰ ਆਏ ਹੋ ਮਾਤਾ ਜੀ ਅਸੀਂ ਤੀਜੀ ਵਾਰ ਆਏ ਜੀ ਅੱਛਾ ਕੀ ਪ੍ਰੋਬਲਮ ਸੀਗੀ ਵੀ ਲੱਤ ਸਿਰੇ ਤੱਕ ਦਰਦ ਹੁੰਦਾ ਸੀ ਮੇਰੇ ਹੁਣ ਇੱਥੇ ਦਵਾਈ ਲੈਣ ਦੇ ਨਾਲ ਕੋਈ ਮੈਂ ਗੋਲੀ ਨਹੀਂ ਖਾਂਦੀ ਦਰਦ ਦੀ ਅੱਛਾ ਉਦੋਂ ਦੇ ਮੈਂ ਠੀਕ ਹਾਂ ਜੀ ਆਏ ਕਿੱਥੋਂ ਤੁਸੀਂ ਅਸੀਂ ਲੋਹਾਰ ਮਾਜਰਾ ਕੋਲਦ ਫਰਕ ਹੈ ਹਾਂਜੀ ਬਹੁਤ ਫਰਕ ਅੱਗੇ ਨਾਲੋਂ ਹੋਰ ਕਾਫੀ ਡਾਕਟਰਸ ਹੋਣਗੇ ਤੁਸੀਂ ਦਿਖਾ ਕੇ ਦੇਖਿਆ ਹੋਣਾ ਉਹ ਤਾਂ ਦਿਖਾਇਆ ਜੀ ਫਰਕ ਨਹੀਂ ਪਿਆ ਕਿਤੋਂ ਵੀ ਰੀੜ੍ਹ ਦੀ ਹੱਡੀ ਦਾ ਵੀ ਦੇਖਿਆ ਸਾਰੇ ਕਿਤੇ ਜੀ ਵੀ ਇੱਥੋਂ ਫਰਕ ਪਿਆ ਜੀ ਸੋ ਤੁਸੀਂ ਦੇਖ ਰਹੇ ਹੋਵੋਗੇ ਵੀ ਬਹੁਤ ਦੂਰੋਂ ਦੂਰੋਂ ਜਿਹੜੇ ਮਰੀਜ਼ ਨੇ ਉਹ ਆ ਰਹੇ ਨੇ ਸਾਡੇ ਨਾਲ ਇੱਕ ਵੀਰ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਕਿੱਥੋਂ ਆਏ ਹੋ ਵੀਰ ਜੀ ਖੰਨੇ ਤੋਂ ਜੀ ਕੀ ਪ੍ਰੋਬਲਮ ਸੀਗੀ ਮੈਨੂੰ ਜੀ ਆਪਣੇ ਮੋਢਿਆਂ 'ਤੇ ਮੋਢੀ ਪ੍ਰੋਬਲਮ ਸੀਗੀ ਜੀ ਇਹ ਕਈ ਵਾਰ ਨਿਕਲਦੇ ਲੇਕਿਨ ਅਸੀਂ ਇਹਨਾਂ ਕੋਲ ਜੁੜੇ ਲਗਭਗ 12-13 ਸਾਲ ਹੋ ਗਏ ਜੀ 12-13 ਸਾਲ ਹੋ ਗਏ ਤੁਹਾਨੂੰ ਅਤੇ ਹੋਰ ਡਾਕਟਰਸ ਕੋਲ ਨਹੀਂ ਜਾ ਰਹੇ ਨਹੀਂ ਡਾਕਟਰ ਕੋਲ ਹੋਰ ਕੋਈ ਜਾ ਰਹੇ ਲੇਕਿਨ ਜੋ ਇਹਨਾਂ ਦੀ ਤਕਨੀਕ 'ਤੇ ਜਾ ਰਹੇ ਹਾਂ ਜੀ ਮੇਨ ਤਾਂ ਅਤੇ ਇਹਨਾਂ ਦਾ ਕੋਈ ਮਤਲਬ ਜਵਾਬ ਆਉਂਦੇ ਹਾਂ ਮੇਨ ਦਿੱਕਤ ਸਾਡੇ ਵਾਈਫ ਨੂੰ ਸੀਗੀ ਜ਼ਿਆਦਾ ਉਹਨਾਂ ਗੋਡਿਆਂ ਦੀ ਦਿੱਕਤ ਸੀ ਕਾਫੀ ਅਤੇ ਇਹਨਾਂ ਕੋਲ ਆ ਕੇ ਬਿਲਕੁਲ ਠੀਕ ਨੇ ਉਹ ਗੋਡਿਆਂ ਦੀ ਦਿੱਕਤ ਜ਼ਿਆਦਾ ਸੀ ਉਹਨਾਂ ਨੂੰ ਅਤੇ ਉਹ ਠੀਕ ਨੇ ਉਸ ਤੋਂ ਪਹਿਲਾਂ ਸਾਡੇ ਮਾਤਾ ਜੀ ਆਉਂਦੇ ਸੀਗੇ ਉਹਨਾਂ ਨੂੰ ਮੈਂ ਲੈ ਕੇ ਆਉਂਦਾ ਹੁੰਦਾ ਸੀਗਾ ਅਤੇ ਬਹੁਤ ਪੁਰਾਣੇ ਆ ਰਹੇ ਹੋ ਇਹਨਾਂ ਕੋਲ 12-13 ਸਾਲ ਹੋ ਸਾਨੂੰ ਆਉਂਦੇ ਤੁਸੀਂ ਕਿੱਥੋਂ ਆਏ ਹੋ ਅਸੀਂ ਖੰਨੇ ਤੋਂ ਆਏ ਖੰਨੇ ਤੋਂ ਆਏ ਹੋ ਕੀ ਪ੍ਰੋਬਲਮ ਸੀਗੀ ਤੁਹਾਨੂੰ ਪਾਪਾ ਨੂੰ ਇਹ ਪ੍ਰੋਬਲਮ ਸੀ ਇਹਨਾਂ ਦਾ ਚੂਲਾ ਕਰੈਕ ਹੋਇਆ ਸੀ ਅੱਛਾ ਤੁਹਾਡਾ ਚੂਲਾ ਕਰੈਕ ਸੀ ਹਾਂ ਜੀ ਚੂਲਾ ਮੇਰਾ ਕਰੈਕ ਡਾਕਟਰ ਤਾਂ ਬਹੁਤ ਕੁਝ ਬੰਨ ਬੁੰਨ ਕੇ ਪੇਨ ਕਰਦੇ ਹੋਣ ਇੱਥੇ ਪੇਨ ਨਹੀਂ ਹੁੰਦਾ ਮੈਂ ਕੁਝ ਨਹੀਂ ਕੀਤਾ ਜੀ ਇਹਨਾਂ ਦਾ ਬਸ ਐਂ ਕਰਕੇ ਠੀਕ ਕਰਤਾ ਮੇਰਾ ਹੁਣ ਕਿੰਨਵੀਂ ਵਿਜ਼ਿਟ ਹੈ ਤੁਹਾਡੀ ਕਿੰਨਵੀਂ ਵਾਰ ਆਏ ਹੋ ਮੈਂ 13 ਤੋਂ ਆ ਰਿਹਾ ਜੀ ਮਹੀਨੇ 'ਚ ਇੱਕ ਦਫਾ ਆਉਣਾ ਅੱਛਾ ਚੈੱਕ ਕਰਾਉਣ ਵਾਸਤੇ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਇਹ ਵੀਡੀਓ ਜਿਹੜੀ ਜ਼ਰੂਰ ਚੰਗੀ ਲੱਗੀ ਹੋਊਗੀ ਸ਼ੇਅਰ ਕਰਨਾ ਨਾ ਭੁੱਲਿਓ ਇੱਕ ਸ਼ੇਅਰ ਨਾਲ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਊਗੀ ਪਤਾ ਨਹੀਂ ਕਿੰਨੇ ਜਿਹੜੇ ਨੇ ਪੇਨਫੁਲ ਦੌਰ ਤੋਂ ਗੁਜ਼ਰ ਰਹੇ ਹੋਣਗੇ ਨੰਬਰ ਲੈ ਕੇ ਇਹਨਾਂ ਕੋਲ ਵਿਜ਼ਿਟ ਕਰ ਸਕਦੇ ਨੇ ਮੈਨੂੰ ਹਿਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ